நல்லா நீ சார் अमृत का बोल बोल ज्यादा आऊगा मेरी शक्ल नहीं मैं मोटी वाली होगी सुन दिसन वाली नहीं आई आए रब्बा करेले ले आया तरसेम दो किलो करेले अद्धा दिन खा गए दो किलो गंडे पै गए बिच पानी बिच दो किलो प्याज पै गए कल नू इहदे काम करना लेबर ने आणगे दिहाड़ी हैल्पर मजदूर खेत काम करनगे फिर ये कहिंदा वी मैं करेले बनवाने देने ने उन्हां नू बना के तरसेम ने भी भैणां दा लाहा ले लिया हूँ ये ना दो बार तले जाएंगे मैं ना ये कदे उत्ते ना कदे भी धागे धुगे नहीं लपेटती मैं एवं ही बनाई हूँ ये जवानी मसाला निकलता सूँ दिखाऊंगी जो बनगी
ਬਾਹਰ ਦੇ ਤਲੀ ਜੀ ਖਾਦੀ ਨਹੀਂ ਸਾਲਾ ਕਿ ਨਹੀਂ ਲਾਏਗਾ ਕਰੇਲਿਆਂ ਦੇ ਅਸੀਂ ਤਾਂ ਨਾ ਲਟਾਈ ਬਾਜਦੇ ਦੇ ਆਇਆ ਉਹ ਰੋਂਦੇ ਨਾ ਕਰੇਲੇ ਬਣਾਏ ਉਹ ਕਰੇਲਿਆਂ ਤੇ ਲੱਗੀਆਂ ਪਿਆ ਦੋਨੇ ਭੈਣਾਂ ਮੰਮੀ ਨੇ ਵਿਚਾਈ ਨੂੰ ਹੋਰ ਕੰਮ ਕਰੇ ਨੇ ਅਸੀਂ ਆਪਦੇ ਸਬਜ਼ੀ ਕਾਲੀ ਹੁਣ ਦੋਨੇ ਭੈਣ ਗੈਸ ਤੇ ਰੋਟੀ ਬਣਾ ਲਾਂਗੇ ਜਵਾਬ ਖਾ ਲਾਂਗੇ ਚਲੋ ਹਨਾ ਕੱਲੀ ਨੂੰ ਸਹਾਰਾ ਹੋ ਜੂ ਕਹਿ ਹੁੰਦੇ ਜਿੰਨੇ ਬੰਦੇ ਓਨੀ ਧੰਦੇ ਸੁੱਖ ਨਾਲ ਪਰਿਵਾਰ ਹੋਇਆ ਪਿਆ ਨਹੀਂ ਆ ਗਏ ਨਾ ਆਏ ਜੇ ਕਰੀ ਜਾਂਦੇ ਜਵਾਕ ਤਾਂ ਹੈ ਨੀ ਜਵਾਕ ਤਾਂ ਹੈ ਨੀ ਉਹਨਾਂ ਨੇ ਵੀ ਚੱਲ ਚਾਰ ਦਿਨ ਜਾਣਾ ਸੀਗਾ ਆਪਦੇ ਪਿੰਡ ਸਾਰਿਆਂ ਨੂੰ ਐਂ ਹੁੰਦਾ ਵੀ ਅਸੀਂ ਵੀ ਬਾਜ ਆਏ ਸੁੱਖੀਆਂ ਨੇ ਅਸੀਂ ਵੀ ਲਾਏ ਭਤੀਜੀ ਮੋਹ ਵੀ ਬਹੁਤ ਲੈਂਦੀ ਹੈਗੀ ਆਜੋ ਸੁੱਤਿਆਂ ਚ ਆ ਜਾਓ ਅਸੀਂ ਆ ਗਏ ਆਪ ਲੋ ਜੀ ਆਪਾਂ ਬਣਾਉਣੇ ਰੋਟੀ ਸਬਜ਼ੀ ਅਮਰਤ ਨੇ ਬਣਾ ਦਿੱਤੀ ਹੈ ਤੇ ਘਰ ਧੂਰਾ ਨਿਬੜ ਗਿਆ ਸਾਰਾ ਬੱਜ ਗਏ ਅਸੀਂ ਰੋਟੀ ਜਾਣ ਕੇ ਲੇਟ ਕਰਤੀ ਅੱਜ ਸਾਡਾ ਬਾਲਾ ਕੁਛ ਖਾਧਾ ਹੋਇਆ ਅਸੀਂ ਦੀਪਕ ਢਾਬੇ ਤੇ ਰੱਜ ਕੇ ਆਏ ਅੱਜ ਸਾਡੀ ਅਜੇ ਭੁੱਖ ਨਹੀਂ ਲੱਗੀ ਸਾਨੂੰ ਤਾਂ ਕਰਕੇ ਨਾ ਰੋਟੀ ਲੇਟ ਕਰਤੀ ਅਸੀਂ ਬਜਾ ਦੇਣਾ ਤੇ ਗੱਲ ਕਰਦੀ ਕਰਦੇ ਨੇ ਰੋਟੀਆਂ ਕਿਹੜਾ ਬਾਹਰ ਨਹੀਂ ਬਸ ਪੰਜ ਚਾਰ ਰੋਟੀਆਂ ਹੁਣ ਲਾ ਰਹੇ ਦਸ 15 ਰੋਟੀਆਂ ਡੁੱਬਣਗੀਆਂ ਤੇ ਜਦੋਂ ਸਬਜ਼ੀ ਬਣ ਗਈ ਪਰ ਮੈਂ ਕਰੇ ਆ ਮੋਢੇ ਨਾਲ ਹਾਲਦੀ ਹੈ ਉਧਲੇ ਪਾਸੇ ਘਟਾਉਣਾ ਤੂੰ ਮੇਰਾ ਇਧਰਲੇ ਪਾਸੇ ਘਟਦਾ ਮੈਂ ਵੇੜੇ ਪੈਂਦਾ ਹੈ ਪਿੰਜਰੇ ਚ ਬਣਦਾ ਕਤੂਰੀ ਨਿੱਕੀ ਜੀ ਬਸ ਹੁਣ ਉਹਨਾਂ ਨੂੰ ਕੱਢ ਦਿਓ ਬਾਰੇ